ਚੱਕ ਲਿਆ ਲੱਖਾ ਸਿਧਾਣਾ ਚੱਕ ਲਾ ਲੱਖਾ ਸਿਧਾਣਾ ਹੁਣ ਉਹ ਖੁਸ਼ ਹੋ ਗਏ ਜਿਹੜੇ ਆਮ ਆਦਮੀ ਪਾਰਟੀ ਦੇ ਬੜੇ ਸਮਰਥਕ ਸੀਗੇ ਤੇ ਲੱਖੇ ਸਿਧਾਣੇ ਨੂੰ ਮੈਂ ਕਈ ਵਾਰੀ ਆਖਿਆ ਸੀ ਵੀਡੀਓ ਦੇ ਰਾਈ ਉਸ ਦਿਨ ਵੀ ਮੈਂ ਇੱਥੇ ਜਿੱਦਿਓ ਐਸਵਾਈਐਲ ਦੇ ਮੁੱਦੇ ਤੇ ਲੱਖਾ ਸਿਧਾਣਾ ਸਾਰੇ ਮੰਤਰੀਆਂ ਨੂੰ ਬੋਲਿਆ ਸੀ ਸਾਰੀਆਂ ਪਾਰਟੀਆਂ ਨੂੰ ਬੋਲਿਆ ਸੀ ਮੈਂ ਉਹਦੇ ਇਹ ਗੱਲ ਕਹੀ ਸੀ ਮੈਂ ਕਿਹਾ ਲੱਖੇ ਸਿਧਾਣਾ ਜਿੰਨਾ ਤੈਥੋਂ ਜੋਰ ਲੱਗਦਾ ਤੂੰ ਲਾਲਾ ਜਿਹੜਾ ਤੇਰੇ ਤੋਂ ਜ਼ੋਰ ਲੱਗਦਾ ਲਾਲਾ ਆਪਦੇ ਨਾਲ ਭਲਾ ਤੂੰ 200 ਬੰਦਾ ਠੱਲ ਲਾ ਚਾਹੇ 2000 ਬੰਦਾ ਠੱਲ ਲਾ ਉਹ ਜਿਹੜਾ ਪਾਣੀ ਆ ਪੰਜਾਬ ਦਾ ਉਹ ਹਲਕ ਚ ਗੋਡਾ ਦੇ ਕੇ ਤੁਹਾਡੀ ਹਿੱਕ ਤੇ ਗੋਡਾ ਰੱਖ ਕੇ ਲੈ ਕੇ ਜਾਣਗੇ ਉਸ ਦਿਨ ਮੈਨੂੰ ਪੰਜਾਬੀਆਂ ਨੇ ਇਹ ਗੱਲ ਕਹੀ ਕਮੈਂਟ ਕੀਤੇ ਤੂੰ ਸਾਡਾ ਹੌਸਲਾ ਤੋੜਦਾ ਸਾਡਾ ਹੌਸਲਾ ਨਹੀਂ ਬਣਾਉਂਦਾ ਸਾਡੇ ਤੇ ਤੂੰ ਐ ਕਰਦਾ ਥੱਲੇ ਉਵੇਂ ਪੈ ਤੇ ਮੈਂ ਪੜ ਪੜ ਕੇ ਸੀ ਜਾਵਾਂ ਤੇ ਮੈਂ ਉਹਦੇ ਗੱਲ ਕੀ ਕਹੀ ਸੀ ਵਿੱਚ ਮੈਂ ਕਿਹਾ ਭਾਈ ਸਾਹਿਬ ਇਹ ਤੁਹਾਡੇ ਹੱਕ ਮਰਦੇ ਕਿਵੇਂ ਆ ਕਦੇ ਤੁਹਾਨੂੰ ਪਤਾ ਨਹੀਂ ਲੱਗਿਆ ਲੱਖੇ ਸਦਾਨਿਆ ਤੂੰ ਕੱਲ ਹਿੰਦੀ ਦੀ ਗੱਲ ਕੀਤੀ ਹੱਕ ਪੰਜਾਬੀ ਦੇ ਦੀ ਕੀਤੀ ਆ ਜਿਹੜੇ ਮੰਤਰੀ ਬਣਾਏ ਆ ਤੇਰੇ ਨਾਲੋਂ ਜ਼ਿਆਦਾ ਫਿਕਰ ਇਹਨਾਂ ਨੂੰ ਹੋਣਾ ਚਾਹੀਦਾ ਸੀ ਪਰ ਇਹਨਾਂ ਨੂੰ ਫਿਕਰ ਕਿਉਂ ਨਹੀਂਗਾ ਕਦੇ ਇਹ ਸੋਚਿਆ ਹੀ ਨਹੀਂਗਾ ਆਪਾਂ ਅੱਛਾ ਮੇਨ ਗੱਲ ਇਹ ਆ ਕਿ ਤੁਹਾਨੂੰ ਹੁਣ ਚੱਕ ਲਿਆ ਮੈਂ ਤਾਂ ਕੱਲ ਹੀ ਸੋਚੀ ਜਾਂਦਾ ਸੀ ਮੈਂ ਕੱਲ ਕਹਿਣ ਲੱਗਿਆ ਸੀ ਮੈਂ ਕਿ ਲੈ ਵੀ ਲੱਖਾ ਇੱਕ ਦਿਨ ਤੱਕ ਗਿਆ ਉਹੀ ਗੱਲ ਆ ਲੱਖਾ ਹੁਣ ਗਿਆ ਹੋ ਸਕਦਾ 2-4 ਦਿਨਾਂ ਨੂੰ ਬਾਹਰ ਆ ਜਾਏ ਹੋ ਸਕਦਾ 2-4 ਮਹੀਨਿਆਂ ਨੂੰ ਹੋ ਸਕਦਾ 15 ਦਿਨਾਂ ਨੂੰ ਇਹ ਰੱਬ ਜਾਣਦਾ ਤੇ ਜਾਂ ਸਰਕਾਰ ਜਾਣਦੀ ਆ ਮੈਂ ਕਿਉਂ ਕਹਿਣਾ ਹੁਣਾਂ ਕਿ ਤੁਸੀਂ ਥੋੜਾ ਜਿਹਾ ਹਸਾਬ ਦੇ ਨਾਲ ਚੱਲੋ ਇਹਦਾ ਕਾਰਨ ਇਹ ਆ ਪੰਜਾਬ ਕੋ ਕਿ ਭਾਈ ਸਾਹਿਬ ਜਿਹੜੀ ਨੌਜਵਾਨ ਪੀੜ੍ਹੀ ਆ ਜਿਹੜੇ ਪੰਜਾਬ ਦੇ ਵਿੱਚੋਂ ਜਿਹੜੇ ਪੰਜਾਬੀ ਮੰਨਗੇ 100% ਦੇ ਵਿੱਚੋਂ 25% ਜਾ ਰਹੇ ਆ ਬਾਹਰ ਅਸਲ 'ਚ ਜਾ ਤਾਂ ਜਾਦੇ ਰਹੇ ਆ ਪਰ ਮੈਂ ਕੀ ਕਹਿ ਰਿਹਾ 25% ਬਾਹਰ ਜਾ ਰਹੇ ਆ ਤੇ ਜਿਹੜੇ 25% ਬਚੀ ਆ ਨੌਜਵਾਨ ਪੀੜ੍ਹੀ ਉਹ ਚਿੱਟੇ ਦੇ ਨਾਲ ਤਬਾਹ ਹੋ ਰਹੀ ਆ ਉੱਤੇ ਉਹ ਜਿਹੜਾ ਕਹਿ ਲੋ ਦਿਨ ਭਰ ਦਿਨ ਉਹਦੀਆਂ ਮੌਤਾਂ ਹੋ ਰਹੀਆਂ ਚਿੱਟੇ ਦੇ ਨਾਲ ਤੇ ਮੈਂ ਹੁਣ ਇੱਥੇ ਕਹਾਂ ਕੀ ਪਹਿਲਾ ਸੁਣ ਲੋ ਜੇ ਗੱਲ ਸਮਝ ਲੋ ਜੇ ਬਾਕੀ ਜਿਹੜੇ ਬੱਚੇ 50% ਉਹਨਾਂ ਵਿੱਚੋਂ 25% ਨੇ ਆਪਦੀ ਪੜ੍ਹਾਈ ਪੜੋਈ ਕਰਕੇ ਕੋਈ ਕੋਈ ਹਸਾਬਕਤਾ ਵਲਾ ਕੇ ਨੌਕਰੀ ਲੱਗ ਜਾਣਾ ਜਿਨ੍ਹਾਂ ਦੇ ਵਿਰੁੱਧ ਬੋਲਦੇ ਆ ਉਹਨਾਂ ਦੇ ਅਫਸਰ ਲੱਗ ਜਾਣਾ ਦੂਸਰੇ ਨੰਬਰ ਤੇ ਜਿਹੜੇ ਬੱਚੇ 25% ਉਹ ਇਹਨਾਂ ਦੇ ਮੰਤਰੀ ਬਣ ਜਾਣਗੇ ਤੇ ਜਿਹੜੇ ਪਿੰਡਾਂ ਦੇ ਵਿਚਾਰੇ ਗਰੀਬ ਲੋਕ ਬੱਚੇ ਗਰੀਬ ਕਿਸਾਨ ਬੱਚੇ ਉਹ ਇਹਨਾਂ ਜਿਹੜੇ ਕਿਸਾਨ ਆ ਗਿਆ ਚੰਗਾ ਤਨਾਟ ਉਹ ਪਾਰਟੀਆਂ ਦੇ ਮਗਰ ਲੱਜੂਗਾ ਤੇ ਜਿਹੜੇ ਉਂਝ ਬੱਚੇ ਆ ਉਹ ਵਿਚਾਰੇ ਉਹਨਾਂ ਦੇ ਮਗਰ ਲੱਗ ਜਾਣਗੇ ਔਰ ਰਹੀ ਗੱਲ ਤੇਰੇ ਮੇਰੇ ਬੋਲਨਰ ਗਿਆ ਦੀ ਉਹਨੂੰ ਜਾ ਤਾਂ ਸਰਕਾਰ ਦੇ ਨਾਲ ਸਮਝੌਤੇ ਕਰਨੇ ਪੈਣੇ ਆ ਤੇ ਜਾਂ ਲੱਖੇ ਸੁਧਾਣੇ ਤੇਰੇ ਤਰ ਅੰਦਰ ਜਾਣਾ ਪੈਣਾ ਹੋਰ ਕੁਝ ਵੀ ਨਹੀਂ ਹੁੰਦਾ ਕਿਉਂਕਿ ਸਾਡੇ ਕੋਲ ਰਾਜਨੀਤੀ ਪਾਵਰ ਨਹੀਂ ਗਈ ਇੱਕ ਮੈਂ ਬੁਢੇ ਜਿਹੇ ਦੇ ਬਿਆਨ ਸੁਣ ਕੇ ਹਟਿਆ ਬਜ਼ੁਰਗ ਕਹਿ ਲੋ ਉਹ ਆਂਦਾ ਵੀ ਲੱਖੇ ਸੁਧਾਨੇ ਕੋਲ ਕੀ ਥਿਓਰੀ ਆ ਕੀ ਕੀ ਥਿਓਰੀ ਕੀ ਔਰੇ ਕੋਲ ਮੈਂ ਲੱਖੇ ਸੁਧਾਨੇ ਕੋਲ ਤਾਂ ਕੋਈ ਥਿਓਰੀ ਨਹੀਂ ਤੂੰ ਲੱਖੇ ਸੁਧਾਨੇ ਜੇ ਤੇ ਬੋਲੀ ਜਾਣਾ ਤੇ ਆ ਭਗਵੰਤ ਮਾਨ ਕੋਲ ਤਾਂ ਸਾਰੀ ਥਿਓਰੀ ਆ ਉਹਦੇ ਤੇ ਬੋਲਣ ਲੱਗਾ ਤੇਰੀ ਜੀਵ ਕੇ ਠੇਕੇ ਤੇ ਚੜਦੀ ਆ ਦਸ ਕੰਪਲਾਂ ਆ ਬਾਦਲਾਂ ਕੋਲ ਤਾਂ ਸਭ ਕੁਝ ਸੀ ਐਨਆਰਈ ਬੋਲਣ ਲੱਗਿਆ ਤੁਹਾਡਾ ਕੀ ਹੁੰਦਾ ਸੀ ਆ ਕੈਪਟਨਾਂ ਕੋਲ ਸਭ ਕੁਝ ਸੀ ਐਨਆਰਈ ਬੋਲਣ ਲੱਗਿਆ ਕੀ ਹੁੰਦਾ ਸੀ ਪੰਜਾਬ ਦੇ 117 ਐਮਐਲਏ ਕੋਲ ਪਾਵਰ ਉਹਨਾਂ ਤੇ ਬੋਲਣ ਲੱਗਿਆ ਤੁਹਾਡਾ ਕੀ ਹੁੰਦਾ ਸੀ ਤੈਨੂੰ ਲੱਖਾਂ ਸਿਧਾਨਾ ਦਿਸ ਗਿਆ ਉਹਦੇ ਤੇ ਬੋਲੀ ਜਾਣਾ ਬਾਬਾ ਤੇ ਇੱਕ ਚੈਨਲ ਉੱਠਿਆ ਜਿਹੜਾ ਕਹਿ ਲੋ ਮੈਂ ਨਵੀਂ ਬਣੀ ਲਾਰਨੀ ਨਹੀਂ ਮੇਰੇ ਸੰਧਾਂ ਵੱਲ ਵੇਖ ਔਰ ਮੈਂ ਵੇਖ ਵੇਖ ਕੇ ਹਰਾਨ ਹੋਈ ਜਾਨਾ ਉਹਦੇ ਇੱਕ ਪੱਤਰਕਾਰ ਨੇ ਡੀਐਸਪੀ ਸੇਖੋਂ ਨੂੰ ਕਿਹਾ ਆਕੇ ਸੱਦੀ ਨਾ ਬੁਲਾਈ ਮੈਲਾੜੇ ਦੀ ਤਾਈ ਜਦੋਂ ਆਕੇ ਸੱਦਿਆ ਤਾਂ ਪਾਰਟੀਆਂ ਆਇਆਂ ਨੂੰ ਸੀ ਤੁਸੀਂ ਇੱਥੇ ਕੀ ਲੈਣ ਆਏ ਆ ਉਹ ਆਂਦਾ ਇੱਥੇ ਆਉਂ ਨੂੰ ਕਿਹੜਾ ਮੇਰੇ ਗੋਲੀ ਮਾਰਤੀ ਉਹਨਾਂ ਨੇ ਤੇ ਮੀਡੀਆ ਨੂੰ ਕਿਹੜਾ ਉਹਨਾਂ ਨੇ ਸਪੈਸ਼ਲ ਨਿਯੁਕਤੀ ਪੱਤਰ ਭੇਜੇ ਸੀਗੇ ਥੋੜੇ ਅੱਗੇ ਕਿਹੜਾ ਉਹਨਾਂ ਨੇ ਪਰੋਠੇ ਲਾਏ ਸੀਗੇ ਤੁਹਾਨੂੰ ਵੀ ਚੁੱਪ ਕਰਕੇ ਬਾਹਰ ਹੀ ਠੱਲੀ ਰੱਖਿਆ ਤੁਹਾਨੂੰ ਕਿਹੜਾ ਨੂੰ ਅੰਦਰ ਜਾਣ ਦਿੱਤਾ ਜਿਹੜਾ ਉਹਨਾਂ ਦਾ ਸੀਗਾ ਉਹ ਜਾਂਦਾ ਰਿਹਾ ਉਹ ਅੰਦਰ ਕਿਹੜਾ ਅੰਦਰ ਗਿਆ ਚੈਨਲ ਮੈਨੂੰ ਦੱਸੋ ਜਿਹੜੇ ਪੰਜਾਬ ਦੇਦਰ ਦੀ ਸੀ ਸਾਰੇ ਬਾਹਰ ਖੜੇ ਸੀ ਸਵਾਲ ਪੁੱਛਣ ਲੱਗਿਆ ਕੁਛ ਨਾ ਕੁਛ ਪਤਾ ਹੋਣਾ ਚਾਹੀਦਾ ਹੁਣ ਮੈਂ ਗੱਲ ਇੱਥੇ ਕਰ ਲੱਗਿਆ ਕਿ ਲਖੇ ਸੁਧਾਨਾ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਆ ਕਿ ਜੋਤੀਵਾ ਫੂਲੇ ਦੀ ਫੋਟੋ ਕਿਉਂ ਨਹੀਂ ਲਾ ਰਹੇ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਅੱਧਿਆਂ ਨਾਲੋਂ ਜ਼ਿਆਦਾ ਪਤਾ ਹੀ ਨਹੀਂ ਹੋਣਾ ਜੋਤੀਵਾ ਫੂਲੇ ਹੈ ਕੌਣ ਸੀ ਜੋਤੀਵਾ ਫੂਲੇ ਸੀ ਜਿਹੜਾ ਆਂਦਾ ਸੀ ਜੇਕਰ ਬ੍ਰਾਹਮਣ ਵਰਨ ਦਾ ਬੱਚਾ ਪੜ ਸਕਦਾ ਜੇਕਰ ਹੋਰਾਂ ਉੱਚ ਜਾਤੀਆਂ ਦੇ ਬੱਚੇ ਪੜ ਸਕਦੇ ਆ ਫਿਰ ਜਿਹੜਾ ਛੂਦਰ ਵਰਨਾ ਛੂਦਰ ਕਿਉਂ ਨਹੀਂ ਪੜ ਸਕਦਾ ਬ੍ਰਾਹਮਣ ਦੀ ਨਿਗਾ ਦੇ ਵਿੱਚ ਛੂਦਰ ਤੇ ਆਪਣੀ ਨਿਗਾ ਦੇ ਵਿੱਚ ਆਪਾ ਮੂਲ ਨਿਵਾਸੀ ਕਿ ਮੂਲ ਨਿਵਾਸੀ ਕਿਉਂ ਨਹੀਂ ਪੜ ਸਕਦੇ ਜੋਤੀਵਾ ਫੂਲੇ ਜੀ ਉਹ ਸੀ ਜਿਨ੍ਹਾਂ ਨੇ ਯੁੱਧ ਲਾਇਆ ਤੇ ਉਹਨਾਂ ਦੀ ਜਿਹੜੇ ਘਰ ਵਾਲੀ ਸੀ ਸੁਵਿਤਰੀਬਾਈ ਫੂਲੇਜੀ ਉਹਨਾਂ ਤੇ ਤਕੜੇ ਘਰੇਹਾਣੇ ਸੀ ਜਿਹੜੇ ਉਹਨਾਂ ਸਮਿਆਂ ਦੇ ਵਿੱਚ ਗੋਇਆ ਤੇ ਗੰਦਾ ਗਾਰਾ ਸਿੜਦੇ ਸੀ ਕਿ ਇਹ ਸਾਡੇ ਬੱਚਿਆਂ ਨੂੰ ਗਲਤ ਸਿੱਖਿਆ ਦੇ ਰਹੇ ਆ ਤਾਂ ਕਿ ਇਹ ਪੜ੍ਹ ਲਿਖ ਜਾਣਗੇ ਤਾਂ ਫਿਰ ਸਮਝੋ ਮਤਲਬ ਇਹੋ ਜਿਹੇ ਲੋਕ ਸੀ ਉਹਨਾਂ ਮਗਰ ਲੱਗੇ ਵੀ ਜਿਹੜਾ ਕਹਿ ਲਓ ਦੋਨਾਂ ਜੀਆਂ ਤੇ ਗੋਇਆ ਸਿੜਦੇ ਸੀ ਜੋਤੀਬਾ ਫੂਲੇਜੀ ਉਹ ਸੀ ਜਿਨ੍ਹਾਂ ਨੇ ਛੁਦਰਾ ਦੀ ਪੜ੍ਹਾਈ ਦੀ ਗੱਲ ਕੀਤੀ ਤੁਸੀਂ ਕਹਿ ਰਹੇ ਆ ਕਿ ਇੱਥੇ ਅੰਬੇਦਕਰ ਦੀ ਫੋਟੋ ਕਿਉਂ ਨਹੀਂ 바ਵਾ ਸਾਹਿਬ ਅੰਬੇਦਕਰ ਜੀ ਉਹ ਸੀ ਜਿਨ੍ਹਾਂ ਨੇ ਛੂਆ ਛੂਤ ਦੇ ਕਹਿ ਲੋ ਵੀ ਜਦੋਂ ਕੋਈ ਵੇਖੋ ਮੈਂ ਉਹਨਾਂ ਸਮਿਆਂ ਦੀ ਗੱਲ ਕਰ ਰਿਹਾ ਤੇ ਦੱਸ ਰਿਹਾ ਜਿਹੜਾ ਅੱਜ ਕੋਈ ਮੂੰਹ ਚੱਕ ਕੇ ਕਹਿ ਦਿੰਦਾ ਆ ਮੈਂ ਪਿੰਡਾਂ 'ਚ ਵੇਣਾ ਨਾ ਸਾਥ ਤੁਹਾਨੂੰ ਵੋਟ ਦਾ ਅਧਿਕਾਰ ਕਿਹਨੇ ਦਿੱਤਾ ਉਹ ਕਹੂਗਾ ਗਾਂਧੀ ਨੇ ਅੱਛਾ ਤੇ ਮੈਂ ਕੀ ਕਹਾਂ ਇਹ ਭਾਈ ਸਾਹਿਬ ਬੜੇ ਮੈਂ ਲੀਡਰਾਂ ਦੇ ਮੂੰਹੋਂ ਸੁਣਿਆ ਕਿ ਜਿਹੜਾ ਵੋਟ ਦਾ ਰਕਾਰ ਆ ਉਹ ਮਹਾਤਮਾ ਗਾਂਧੀ ਜੀ ਨੇ ਦਿੱਤਾ ਉਹ ਨਹੀਂ ਭਾਈ ਸਾਹਿਬ ਕਿਤਾਬ ਪੜੋ ਜਿਹੜੇ ਸੀ ਵੋਟ ਦਾ ਰਕਾਰ ਦਿੱਤਾ 바ਵਾ ਸਾਹਿਬਾਂ ਬੇਦਕਰ ਜੀ ਨੇ ਕਈਆਂ ਨੇ ਤਬ ਵਿਰੋਧ ਕੀਤਾ ਸੀ ਉਹਨਾਂ ਸਮਿਆਂ ਦੇ ਵਿੱਚ ਤਾਂ ਮੈਂ ਤੁਹਾਨੂੰ ਇੰਨੀ ਕੁ ਬੇਨਤੀ ਕਰਦਾ ਕਿ ਉਹਨਾਂ ਸਮਿਆਂ ਦੇ ਵਿੱਚ ਛੂਹਾ ਛੂਸ ਸੀ ਜਿਹੜਾ ਕਹਿ ਲਓ ਛੂਦਰ ਜਿਹਨੂੰ ਆ ਛੂਦਰ ਨੂੰ ਕੂਏ ਦੇ ਨੇੜੇ ਨਾ ਹੁੰਦੇ ਨਾ ਕਦੇ ਉਹਦੇ ਪਿੱਛੇ ਝਾੜੂ ਬੰਨ ਦੇਣਾ ਕਦੇ ਗਲ ਚ ਕੁੱਜਾ ਹੋਣਾ ਇਹ ਉਹਨਾਂ ਚੀਜ਼ ਦਾ ਜਿਹੜਾ ਕਹ ਲੋ ਇਹ ਪੁਰਾਣੀਆਂ ਗੱਲਾਂ ਜਿਹੜੀਆਂ ਲੋਕਾਂ ਨੂੰ ਪਤਾ ਨਹੀਂ ਕਿਆਂ ਤੇ ਅੱਜ ਕੱਲ ਉਹਨਾਂ ਪਾਰਟੀਆਂ ਦੇ ਮਗਰ ਫਿਰਦੀਆਂ ਜਿਹੜਾ ਕਦੇ ਛੂਦਰਾਂ ਨੂੰ ਹੱਕ ਦਵਾਉਣ ਚ ਹੈ ਹੀ ਨਹੀਂ ਸੀ ਪਰ ਜੇਕਰ ਇੱਥੇ ਮੈਂ ਕੋਈ ਗੱਲ ਗਲਤ ਕਹਿ ਰਿਹਾ ਆਂ ਉਹਦੇ ਵਾਸਤੇ ਮਾਫੀ ਚਾਹੁੰਨਾ ਮੇਨ ਗੱਲ ਲੱਖੇ ਸੁਧਾਣੇ ਪੰਜਾਬ ਦੇ ਜਿਹੜੇ ਕੋਈ ਵੀ ਤੁਸੀਂ ਆਪਾਂ ਮੁੱਦੇ ਚੱਕਦੇ ਆਂ ਉਹ ਕਦੇ ਵੀ ਹੱਲ ਨਹੀਂ ਹੋਣਗੇ ਯਾਦ ਰੱਖੋ ਭਾਵੇਂ ਆਪਾਂ ਬੋਲਦੇ ਰਹਿਨੇ ਆ ਭਾਵੇਂ ਆਪਾਂ ਕਹਿੰਨੇ ਰਹਿਨੇ ਆ ਪਰ ਪੰਜਾਬ ਦੇ ਮੁੱਦੇ ਕਦੇ ਵੀ ਹੱਲ ਨਹੀਂ ਹੋਣਗੇ ਕਿਉਂਕਿ ਤੁਹਾਡੇ ਕੋਲ ਪਾਵਰ ਹੈ ਨਹੀਂਗੀ ਔਰ ਜਿਹੜੀ ਪਾਵਰ ਲੋਕ ਉਹਨਾਂ ਲੀਡਰਾਂ ਨੂੰ ਦਿੰਦੇ ਆ ਤੇ ਜਿਹੜਾ ਕੰਮ ਆ ਉਹ ਤੁਹਾਡੇ ਮੇਰੇ ਅਰਕਿਆਂ ਤੋਂ ਭਾਲਦੇ ਆ ਵੀ ਸਾਡੇ ਉਹਨੇ ਪੈਸੇ ਦੱਬਲੇ ਆ ਜਿਹੜੇ ਆ ਵੀਜ਼ਾ ਲਵਾਉਣ ਵਾਲੇ ਹੁੰਦੇ ਆ ਏਜੰਟ ਸਾਡੇ ਪੈਸੇ ਦੱਬਲੇ ਆ ਉਹ ਤੁਸੀਂ ਤੂੰ ਭਾਨੇ ਸਿੱਧੂ ਨੂੰ ਕਹਿਣਾ ਤੇ ਭਾਨੇ ਸਿੱਧੂ ਨੇ ਗਾਂ ਜਾ ਕੇ ਪੰਗਾ ਲੈਣਾ ਜੇ ਪਰਚਾ ਪੈ ਗਿਆ ਕੋਈ ਤਾਂ ਪਿੱਛੇ ਮਾਜਦਾ ਲਾਲ ਖੜਨ ਵਾਲਾ ਹੋਊਗਾ ਉਦੋਂ ਬਾਅਦ ਨਹੀਂ ਕੋਈ ਖੜਦਾ ਇਸ ਕਰਕੇ ਮੈਨੂੰ ਪਤਾ ਸੀ ਲੱਖੇ ਸਧਾਣੇ ਨੂੰ ਚੱਕ ਲੈਣਾ ਪਿੱਛੇ ਕਿਸੇ ਨੇ ਕੁਛ ਨਹੀਂ ਹਾਂ ਹੁਣ ਠੀਕ ਆ ਜਿਹੜੇ ਪੰਜਾਬ ਦੇ ਦਰਦੀ ਆ ਉਹ ਜਾਣਗੇ ਪਰ ਜਿਹੜੇ ਐ ਮੈਨੂੰ ਉਹ ਦਿਆਂ ਦੇ ਸੀ ਕਿ ਅਸੀਂ ਪੰਜਾਬੀ ਆ ਅਸੀਂ ਆਏ ਆ ਅਸੀਂ ਉਹ ਆ ਸਾਡਾ ਹੌਸਲਾ ਤੋੜਦਾ ਮੈਂ ਭਰਾ ਤੈਨੂੰ ਸੱਚੀ ਗੱਲ ਕਹੀ ਸੀ ਕਿ ਉਹਨਾਂ ਕੋਲ ਮਹਿਕਮਿਆਂ ਪੁਲਸਾ ਸਭ ਮਹਿਕਮੇ ਉਹਨਾਂ ਕੋਲ ਤੁਹਾਡੇ ਕੋਲ ਕੀ ਆ ਸਵਾਏ ਇੱਕ ਨਾਰੇ ਤੋਂ ਪੰਜਾਬ ਸਰਕਾਰ ਮੁਰਦਾਬਾਦ ਕਹਿਣ ਤੋਂ ਸਵਾਏ ਕੀ ਆ ਕੇਂਦਰ ਸਰਕਾਰ ਮੁਰਦਾਬਾਦ ਕਹਿਣ ਤੋਂ ਸਵਾਏ ਹੈ ਕੀ ਆ ਦੱਸ ਦਿਓ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਹਿਣ ਤੋਂ ਸਵਾਏ ਆਪਣੇ ਕੋਲ ਹੈ ਕੀ ਆ ਕੁਝ ਵੀ ਨਹੀਂ ਸਾਡੇ ਜਿਹੜੇ ਪੰਜਾਬ ਦੇ ਲੋਕ ਆ ਇਹ ਅਸਟੈਂਪ ਪੈਸੇ ਨੂੰ ਪਾਏ ਹੋਇਆ ਆ ਆਪਦੇ ਬੱਚਿਆਂ ਦੇ ਵੱਡੇ ਮਨਾਉਣਗੇ 2-2 ਲੱਖ ਰੁਪਈਆ ਕੋਈ 50 ਹਜ਼ਾਰ ਆਪਦੀ ਜੇਬ ਦੇ ਅਨੁਸਾਰ ਕੋਈ 5 ਲੱਖ ਪਰ ਇਹਨਾਂ ਨੇ ਕਦੇ ਉਹ 5 ਲੱਖ ਦੇ ਨਾਲ ਗਰੀਬ ਬੱਚਿਆਂ ਦੀ ਸਕੂਲਾਂ 'ਚ ਐਡਮਿਸ਼ਨਾਂ ਨਹੀਂ ਕਰਾਈਆਂ ਹੁਣ ਮੈਂ ਹਿੰਦੀ ਪੰਜਾਬੀ ਦੀ ਜੇ ਇਹ ਗੱਲ ਕਰਾਂ ਕਿ ਕਹਿਨੂ ਤਾਂ ਕਹਿਣਗੇ ਪਰ ਲਖਿਆ ਸਿਧਾਨਾ ਜੀ ਜਿਹੜੀ ਲੋ ਕੁਝ ਕੁ ਲੋਕਾਂ ਨੂੰ ਪਤਾ ਵੀ ਪੰਜਾਬੀ ਨੂੰ ਪਹਿਲ ਕਿਉਂ ਨਹੀਂ ਦੇ ਰਹੇ ਜਾਂ ਕੁਝ ਕ ਇਹ ਇਹ ਮਤਲਬ ਹਾਈ ਲੈਵਲ ਦੀਆਂ ਗੱਲਾਂ ਆ ਗਈਆਂ ਪੰਜਾਬ ਦੇ 80% ਲੋਕਾਂ ਨੂੰ ਤਾਂ ਸਿਰਫ ਇੰਨਾ ਪਤਾ ਕਿ ਸਾਡਾ 1000 ਰੁਪਿਆ ਜਿਹੜਾ ਕਿਹਾ ਸੀ ਸਰਕਾਰ ਨੇ ਪਾਇਆ ਨਹੀਂ ਝੂਠਾ ਵਾਅਦਾ ਕੀਤਾ ਤੇ ਜਿੱਦੇ ਆਉਣ ਲੱਗ ਗਿਆ ਇਹਨਾਂ ਨੇ ਬਾਗੋ ਬਾਗ ਹੋ ਜਾਣਾ ਇਹਨਾਂ ਨੂੰ ਇੰਨਾ ਪਤਾ ਇਹਨਾਂ ਨੂੰ ਇੰਨਾ ਪਤਾ ਵੀ ਫ੍ਰੀ ਦੀ ਯੂਨਿਟ ਸਾਨੂੰ ਮਿਲਣੀ ਚਾਹੀਦੀ ਆ ਇਦੋ ਵਾਦ ਇਹਨਾਂ ਨੂੰ ਕੋਈ ਨਹੀਂ ਪਤਾ ਜੇ ਤੂੰ ਕਵੇਂ ਵੀ ਇਹ ਪੰਜਾਬੀ ਦੀ ਗੱਲ ਕਰੇ ਇਹ ਪੰਜਾਬੀ ਦੀ ਗੱਲ ਗੁਲ ਨਹੀਂ ਇਹਨਾਂ ਨੇ ਕਰਨੀ ਭਰਾਵਾ ਗੱਲ ਸੁਣ ਲਓ ਮੇਰੀ ਇਹ ਸਿਰਫ ਤੇ ਸਿਰਫ ਜਿਹੜੀ ਗੱਲ ਆ ਉਹ ਗੱਲ ਇਹ ਫਰੀ ਦੀ ਲollipopsਾਂ ਦੀ ਕਰਦੇ ਆ ਪੰਜਾਬੀ ਜਾਵੇ ਠੱਠੇ ਖੂਚ ਇਹਨਾਂ ਨੂੰ ਕੋਈ ਸਿਸਟਮ ਇਹਨਾਂ ਨੂੰ ਕੁਝ ਨਹੀਂ ਪਤਾ ਜੇਕਰ ਕੋਈ ਰਾਜਸਥਾਨ ਹਰਿਆਣੇ ਤੋਂ ਆ ਕੇ ਪੰਜਾਬ ਦੇ ਇੱਥੇ ਪੰਜਾਬ ਚ ਨੌਕਰੀਆਂ ਲੱਗੀਆਂ ਜਾਂਦੇ ਆ ਇਹਨਾਂ ਨੂੰ ਕੋਈ ਪਤਾ ਨਹੀਂ ਜੇਕਰ ਪੰਜਾਬ ਦੇ ਨੌਜਵਾਨ ਨਸ਼ੇ ਦੇ ਨਾਲ ਤਬਾਹ ਹੋਈ ਜਾਂਦੀ ਆ ਇਹਨਾਂ ਨੂੰ ਕੋਈ ਪਤਾ ਨਹੀਂ ਚਿੱਟੇ ਵਾਲੇ ਬੰਦੇ ਨਹੀਂ ਹਲੇ ਤੱਕ ਫੜੇ ਜਾਂਦੇ ਤੇ ਲੱਖਾਂ ਸਦਾਣੇਰ ਕੀ ਤੱਕ ਜਿਹੜੇ ਕੱਲ ਨੂੰ ਘੜੇ ਦੀ ਮੱਛੀ ਆ ਜਦੋਂ ਮਰਜੀ ਚੱਕ ਲੋ ਤੇ ਆ ਪਤਾ ਨਹੀਂ ਕਿਹੜੇ ਦਰਿਆ ਦੇ ਵਿੱਚ ਰਹਿੰਦੇ ਆ ਚਿੱਟਾ ਵੇਚਣ ਵਾਲੇ ਉਹੀ ਇਹਨਾਂ ਦੇ ਜਾਲ 'ਚ ਨਹੀਂ ਆਉਂਦੇ ਰੱਬ ਜਾਣਦਾ ਕਿਹੜੀ ਗੱਲੋਂ ਪਤਾ ਨਹੀਂ ਕਿਹੜੀ ਗੱਲੋਂ ਇਹਨਾਂ ਦੀ ਕੁੰਡੀ ਨਹੀਂ ਲੱਗਦੀ ਉੱਥੇ ਵੀ ਜਿਹੜਾ ਕੋਈ ਚਿੱਟੇ ਵਾਲੇ ਨੂੰ ਕੁੰਡੀ ਸਿੱਟਣ ਖਾਂ ਇਹ ਲਾ ਕੇ ਕੋਈ ਆਟਾ ਉਟਾ ਨਹੀਂ ਹੈਗਾ ਤਾਂ ਅਸੀਂ ਲਾ ਦਿੰਨੇ ਆਂ ਚਿੱਟੇ ਵਾਲਿਆਂ ਨੂੰ ਨਹੀਂ ਫੜਦੇ ਲੱਖੇ ਸਿਧਾਣੇ ਅਰਗੇ ਜਾਂ ਹੋਰ ਦੇਂਦੇ ਆ ਮੈਂ ਤਾਂ ਭਗਵਾਨ ਤਮਨਜੀ ਨੂੰ ਵੀ ਬੇਨਤੀ ਕਰਦਾ ਕਿ ਭਾਈ ਸਾਹਿਬ ਪੰਜਾਬ ਦੇ ਲੋਕਾਂ ਨੇ ਤੁਹਾਨੂੰ 92 ਸੀਟਾਂ ਦਿੱਤੀਆਂ ਤੇ ਜੇਕਰ 92 ਵਿੱਚੋਂ ਤੁਸੀਂ 12 ਵੀ ਪੰਜਾਬ ਦੀ ਗੱਲ ਕਰਨ ਲੱਗੇ ਨਾ ਹਨੇਰੀਆਂ ਆ ਜਾਣਗੀਆਂ ਕੀ ਆਉਣੀਆਂ ਹਨੇਰੀਆਂ ਪਰ ਅਫਸੋਸ ਦੀ ਗੱਲ ਇਹ ਸਾਨੂੰ 12 ਚ ਦੋ ਨਹੀਂ ਲਾਭਦੇ ਮੈਂ ਤਾਂ 12 ਦੀ ਗੱਲ ਕਰ ਬੈਠਾ ਏ ਭਾਈ ਸਾਹਿਬ ਮੈਂ ਔਰ ਜੇਕਰ ਪੰਜਾਬ ਦੇ ਲੋਕੋ ਮੈਂ ਕੋਈ ਗੱਲ ਗਲਤ ਕਹਿ ਗਿਆ ਹਾਂ ਵਾ ਪਹਿਲੀ ਗੱਲ ਤਾਂ ਜੇ ਕਿਸੇ ਧਰਮ ਦੇ ਖਿਲਾਫ ਜਾਂ ਕਿਸੇ ਜਾਤੀ ਦੇ ਖਿਲਾਫ ਬੋਲ ਗਿਆ ਹਾਂ ਉਹਦੇ ਵਾਸਤੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ